ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਕਪਤਾਨ ਸਿੰਘ ਇੰਟਰਨੈਸ਼ਨਲ ਪੰਥਕ ਦਲ ਯੂਕੇ ਤੋਂ ਕੁਛ ਬੇਨਤੀਆਂ ਆਵਾਜ਼ ਕੌਮ ਟੀਵੀ ਰਾਹੀਂ ਆਪ ਜੀ ਦੇ ਚਰਨਾਂ ਦੇ ਵਿੱਚ ਰੱਖਣਾ ਚਾਹੁੰਦੇ ਹਾਂ। ਸੋ ਆਪ ਜੀ ਨੂੰ ਪਤਾ ਹੈ ਕਿ ਜੋ ਕਿਸਾਨੀ ਅੰਦੋਲਨ ਹੈ ਉਹ ਤਕਰੀਬਨ ਪਿਛਲਿਆਂ ਛਿਆਂ ਮਹੀਨਿਆਂ ਤੋਂ ਚੱਲ ਰਿਹਾ, ਹਰ ਦਿਨ ਨਵੰਬਰ ਤੋਂ ਦਿੱਲੀ ਦੇ ਵਿੱਚ ਬੜਾ ਸ਼ਾਂਤਮਈ ਕਿਸਾਨੀ ਅੰਦੋਲਨ ਜਿਹੜਾ ਉਹ ਚੱਲ ਰਿਹਾ ਹੈ। ਸੋ ਅੱਜ ਕੱਲ੍ਹ ਜਿਹੜਾ ਸਟੇਜ ਦੇ ਉੱਪਰ ਹੈ ਸੰਯੁਕਤ ਮੋਰਚੇ ਦੀ ਜਿਹੜੀ ਸਟੇਜ ਹੈ, ਸੋ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਜਾਂ ਜਿੰਨੇ ਵੀ ਬੁਲਾਰੇ ਉੱਥੇ ਆਉਂਦੇ ਨੇ ਉਹਨਾਂ ਨੂੰ ਨਿਮਰਤਾ ਸਾਹਿਬ 'ਤੇ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਈਰਖਾ ਦਵੈਸ਼ ਨੂੰ ਛੱਡ ਕੇ, ਇੱਕ ਦੂਜੇ ਦੇ ਉੱਪਰ ਕਿਰੰਤੂ ਪਰੰਤੂ ਕਰਨ ਨੂੰ ਛੱਡ ਕੇ, ਜਾਂ ਕਿਸੇ ਧਾਰਮਿਕ ਮੁੱਦੇ ਦੇ ਉੱਪਰ, ਧਾਰਮਿਕ ਨਿਸ਼ਾਨ ਦੇ ਉੱਪਰ, ਧਾਰਮਿਕ ਵਿਚਾਰਧਾਰਾ ਦੇ ਉੱਪਰ ਕਿਰੰਤੂ ਪਰੰਤੂ ਨੂੰ ਛੱਡ ਕੇ ਅਤੇ ਪੋਜ਼ਿਟਿਵ ਚੀਜ਼ਾਂ ਨੂੰ, ਸੰਘਰਸ਼ ਨੂੰ ਅੱਗੇ ਲਿਆਂਦਾ ਜਾਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕਾਲੇ ਕਾਨੂੰਨਾਂ ਨੂੰ ਕਿਵੇਂ ਖਤਮ ਕਰਨਾ ਹੈ ਅਤੇ ਕਿਸਾਨਾਂ ਨੇ ਕਿਵੇਂ ਸਫਲਤਾ ਪ੍ਰਾਪਤ ਕਰਕੇ ਅਤੇ ਆਪਣੇ ਘਰਾਂ ਨੂੰ ਜਿਹੜਾ ਉਹ ਵਾਪਸ ਜਾਣਾ ਇਹ ਕਾਨੂੰਨ ਖਤਮ ਕਰਾ ਕੇ। ਸੋ ਇਸ ਵੇਲੇ ਜਿਹੜੀ ਸਰਕਾਰ ਹੈ ਉਹ ਬਹੁਤ ਗਲਤ ਤਰੀਕੇ ਦੇ ਨਾਲ ਜਿਹੜਾ ਉਹ ਪ੍ਰਚਾਰ ਕਰ ਰਹੀ ਹੈ, ਸਰਕਾਰੀ ਤੰਤਰ ਦਾ ਪੂਰਾ ਜਿਹੜਾ ਉਹ ਜ਼ੋਰ ਲੱਗਾ ਹੋਇਆ ਉਹਨੂੰ ਦੂਸਰੇ ਪੰਨੇ ਛੱਡ ਕੇ ਕਈ ਵਾਰੀ ਕਿਸਾਨ ਜਥੇਬੰਦੀਆਂ ਜਾਂ ਕੁਛ ਲੋਕ ਜਿਹੜੇ ਆ ਇੱਕ ਦੂਜੇ 'ਤੇ ਕਿਰੰਤੂ ਪਰੰਤੂ ਕਰਦੇ ਨੇ। ਸੋ ਇਹ ਵੇਲਾ ਹੈ ਇੱਕ ਮੁੱਠ ਇਕੱਠੇ ਹੋ ਕੇ ਅਤੇ ਇਸ ਸੰਘਰਸ਼ ਨੂੰ ਜਿਹੜਾ ਹੈ ਉਹ ਅੱਗੇ ਤੋਰਿਆ ਜਾ ਸਕੇ। ਉਹਦੇ ਨਾਲ ਨਾਲ ਜਿਹੜੇ ਵੀਰ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਨੇ, ਸੋ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਕੋਈ ਕਿਸੇ ਦੇ ਵਿਰੋਧ 'ਚ ਪੋਸਟਾਂ ਪਾ ਰਿਹਾ, ਕੋਈ ਕਿਸੇ ਦੇ ਹੱਕ ਦੇ ਵਿੱਚ ਪੋਸਟਾਂ ਪਾ ਰਿਹਾ, ਕਈ ਗਾਲਾਂ ਕੱਢ ਕੱਢ ਕੇ ਗਲਤ ਕਮੈਂਟ ਕਰ ਕਰਕੇ ਪੋਸਟਾਂ ਪਾ ਰਹੇ ਨੇ, ਰੱਬ ਦਾ ਵਾਸਤਾ ਬੇਨਤੀ ਆ ਇਸ ਤਰੀਕੇ ਦੇ ਕਾਰਜ ਨਾ ਕਰੋ। ਤੁਸੀਂ ਜੇ ਪੋਸਟਾਂ ਪਾਉਣੀਆਂ ਜਾਂ ਪੋਸਟਾਂ ਸ਼ੇਅਰ ਕਰਨੀਆਂ ਨੇ ਤਾਂ ਕਿਸਾਨਾਂ ਦੇ ਹੱਕ ਦੀ ਕਰੋ, ਇਕੱਠੇ ਹੋ ਕੇ ਸੰਘਰਸ਼ ਜਿਹੜਾ ਉਹ ਜਿੱਤਿਆ ਜਾ ਸਕੇ। ਅੱਜ ਛੋਟੇ ਛੋਟੇ ਬੱਚੇ ਤੋਂ ਲੈ ਕੇ 90-90 ਸਾਲ ਦੇ ਬਜ਼ੁਰਗ ਇਸ ਸੰਘਰਸ਼ ਦੇ ਵਿੱਚ ਆਏ ਨੇ, ਸਾਡੇ ਭੈਣ ਭਰਾ, ਸਾਡੇ ਬਜ਼ੁਰਗ, ਸਾਡੇ ਮਾਂ ਪਿਓ, ਕੰਕਰੀਲੀਆਂ ਰਾਤਾਂ ਠੰਡ ਦੇ ਦਿਨਾਂ ਦੇ ਵਿੱਚ ਇਹ ਸੰਘਰਸ਼ ਬੜਾ ਔਖਾ ਜਿਹੜਾ ਉਹ ਚੱਲ ਰਿਹਾ ਹੈ। ਇਸ ਕਰਕੇ ਬੇਨਤੀ ਹੈ ਚੰਗੀਆਂ ਪੋਸਟਾਂ ਨੂੰ ਜਿਹੜਾ ਉਹ ਸ਼ੇਅਰ ਕੀਤਾ ਜਾ ਸਕੇ ਅਤੇ ਇੱਕ ਦੂਜੇ ਦੇ ਉੱਪਰ ਕਿਰੰਤੂ ਪਰੰਤੂ ਜਿਹੜਾ ਉਹ ਨਾ ਕੀਤਾ ਜਾ ਸਕੇ। ਵੱਧ ਤੋਂ ਵੱਧ ਆਪੋ ਆਪਣੇ ਤਰੀਕਿਆਂ ਦੇ ਨਾਲ ਕਿਸਾਨੀ ਮੋਰਚੇ ਦੀ ਇਸ ਸੰਘਰਸ਼ ਦੀ ਜਿਹੜੀ ਹੈ ਉਹ ਮਦਦ ਕੀਤੀ ਜਾ ਸਕੇ। ਸੋ ਇਹਦੇ ਨਾਲ ਨਾਲ ਜਿਹੜਾ ਹੈ, ਸੋ ਆਪਾਂ ਕੋਈ ਗਲਤ ਪੋਸਟਾਂ ਜਾਂ ਕਿਸੇ ਨੂੰ ਗਾਲਾਂ ਕੱਢਣ ਦਾ ਕੰਮ ਜਿਹੜਾ ਉਹ ਨਾ ਕੀਤਾ ਜਾਵੇ ਅਤੇ ਕਿਸਾਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾ ਸਕੇ। ਔਰ ਕਿਸਾਨ ਜਥੇਬੰਦੀਆਂ ਨੂੰ ਵੀ ਚਾਹੀਦਾ ਹੈ, ਉਹਨਾਂ ਦੇ ਜਿਹੜੇ ਲੀਡਰ ਨੇ ਦੋ ਤਿੰਨ ਜਿਹੜੇ ਇੱਕ ਦੂਜੇ ਦੇ ਉੱਪਰ ਜਿਹੜੇ ਨੇ ਦੂਸ਼ਣਬਾਜ਼ੀ ਲਾਉਂਦੇ ਨੇ, ਕਿਸੇ ਦਾ ਨਾਂ ਲੈ ਕੇ ਲਾਉਂਦੇ ਨੇ, ਉਹ ਇਹੋ ਜਿਹੀ ਘਟੀਆ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਅਤੇ ਚੰਗੇ ਤਰੀਕੇ ਦੇ ਪ੍ਰੋਗਰਾਮ ਸੰਗਤਾਂ ਦੇ ਲੋਕਾਂ ਦੇ ਸਾਹਮਣੇ ਰੱਖਣ। ਸੋ ਇਸ ਵੇਲੇ ਪੰਜਾਬ, ਹਰਿਆਣਾ, ਯੂਪੀ, ਭਾਰਤ ਦਾ ਜਿਹੜਾ ਹੈ ਉਹ ਸਾਰੇ ਦਾ ਸੰਘਰਸ਼ ਜਿਹੜਾ ਉਹ ਬਣਿਆ ਹੋਇਆ, ਸਾਰੇ ਧਰਮਾਂ ਦੇ ਉੱਥੇ ਲੋਕ ਜਿਹੜੇ ਉਹ ਬੈਠੇ ਨੇ, ਧਰਮਾਂ ਦਾ ਸਤਿਕਾਰ ਕਰਦੇ ਹੋਏ, ਧਰਮਾਂ ਦੀ ਰਾਜਨੀਤੀ ਨੂੰ ਛੱਡ ਕੇ ਅਤੇ ਕਿਸਾਨੀ ਅੰਦੋਲਨ ਅਤੇ ਕਿਸਾਨੀ ਮੁੱਦਿਆਂ ਦੇ ਉੱਪਰ ਜਿਹੜੀ ਹੈ ਉਹ ਗੱਲ ਕੀਤੀ ਜਾ ਸਕੇ। ਸੋ ਤੁਸੀਂ ਦੇਖਦੇ ਰਹਿਣਾ ਆਵਾਜ਼ ਕੌਮ ਟੀਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।